ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਕੀਤੀ ਗਈ ਹੈਵੀ ਰਿਕਵਰੀ। 1700 ਨਸ਼ੀਲੀਆਂ ਗੋਲੀਆਂ ਅਤੇ 1,05,000 ਰੁਪਇਆ ਡਰੱਗ ਮਨੀ ਸਮੇਤ ਇੱਕ ਔਰਤ ਨੂੰ ਕੀਤਾ ਗਿਆ ਗ੍ਰਿਫਤਾਰ। ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਕੀਤਾ ਗਿਆ ਬੰਦਾ ਹਵਾਲਾਤ। ਅੱਜ DSP ਸਿਟੀ 1 ਵੱਲੋਂ ਦਿੱਤੀ ਗਈ ਜਾਣਕਾਰੀ। ਨਸ਼ੇ ਨੂੰ ਲੈ ਕੇ ਜਿੱਥੇ ਆਪਣਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਪੁਲਿਸ ਵੱਲੋਂ ਵੀ ਇਸ ਨੂੰ ਲੈ ਕੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹੈ। ਅਤੇ ਹੁਣ ਬਠਿੰਡਾ ਦੀ ਬੀੜ ਰੋਡ ਦੇ ਉੱਤੋਂ ਇੱਕ ਔਰਤ ਨੂੰ 1700 ਨਸ਼ੀਲੀਆਂ ਗੋਲੀਆਂ ਅਤੇ 1,05,000 ਰੁਪਏ ਡਰੱਗ ਮਨੀ ਸਮੇਤ ਇਸ ਨੂੰ ਆਪਣਾ ਗ੍ਰਿਫਤਾਰ ਕੀਤਾ। ਇਸ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਮੁਕੱਦਮੇ ਦਰਜ ਹਨ ਅਤੇ ਇਹ ਬਠਿੰਡਾ ਦੀ ਲਾਲ ਸਿੰਘ ਬਸਤੀ ਦੀ ਇਹ ਆਪਣਾ ਔਰਤ ਰਹਿਣ ਵਾਲੀ ਹੈ, ਜਿਸ ਨੂੰ ਹੁਣ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ DSP ਸਿਟੀ 1 ਹਰਬੰਸ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਔਰਤ ਦੇ ਉੱਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਮੁਕੱਦਮੇ ਦਰਜ ਹਨ ਅਤੇ ਜੋ ਪਿਛਲੇ ਸਮੇਂ ਆਪਣਾ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਸੀ, ਉਸ ਦੇ ਵਿੱਚ ਵੀ ਇਸ ਔਰਤ ਦਾ ਨਾਮ ਸ਼ਾਮਿਲ ਸੀ ਅਤੇ ਇਸ ਦੀ ਆਪਣਾ ਬਠਿੰਡਾ ਪੁਲਿਸ ਨੂੰ ਭਾਲ ਸੀ, ਜਿਸ ਨੂੰ ਲੈ ਕੇ ਹੁਣ ਇਹਨਾਂ ਵੱਲੋਂ ਉਸ ਦੇ ਵਿੱਚ ਵੀ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਹੁਣ ਇਸ ਨੂੰ ਬਠਿੰਡਾ ਦੀ ਬੀੜ ਰੋਡ ਦੇ ਉੱਤੋਂ 1700 ਨਸ਼ੀਲੀਆਂ ਗੋਲੀਆਂ ਅਤੇ 1,05,000 ਰੁਪਇਆ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਤੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਔਰਤ ਨੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ, ਕਿਸ ਵਿਅਕਤੀ ਨੂੰ ਅੱਗੇ ਇਹ ਆਪਣਾ ਸਪਲਾਈ ਕਰਨਾ ਸੀ ਅਤੇ ਕਿਸ ਵਿਅਕਤੀ ਤੋਂ ਇਹ ਜੋ ਵਿਅਕਤੀ ਇਸ ਨੂੰ ਇਹ ਆਪਣਾ ਇਹ ਨਸ਼ਾ ਦੇ ਕੇ ਜਾਂਦਾ ਸੀ, ਉਸ ਨੇ ਅੰਮ੍ਰਿਤਸਰ ਦਾ ਦੱਸਿਆ, ਉਸਦੀ ਵੀ ਇਹਨਾਂ ਵੱਲੋਂ ਛਾਣਬੀਣ ਕੀਤੀ ਜਾਵੇਗੀ। SSP ਬਠਿੰਡਾ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ਼ ਇੱਕ ਮੁਹਿੰਮ ਵਿੱਢੀ ਗਈ ਹੈ। ਉਸੇ ਲੜੀ ਦੇ ਤਹਿਤ ਸਾਡੇ SHO ਕਨਾਲ ਕਲੋਨੀ ਵੱਲੋਂ ਗਸ਼ਤ ਦੇ ਸੰਬੰਧ ਵਿੱਚ ਬੀੜ ਰੋਡ 'ਤੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਇੱਕ ਸ਼ੱਕੀ ਔਰਤ ਮਿਲੀ, ਉਸਨੂੰ ਰੋਕ ਕੇ ਉਸਦਾ ਨਾਮ ਪੁੱਛਿਆ ਗਿਆ, ਜਿਸ ਨੇ ਆਪਣਾ ਨਾਮ ਰਣਜੀਤ ਕੌਰ, ਪਤਨੀ ਪਰਮਜੀਤ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਦੱਸਿਆ। ਜਿਸ ਦੀ ਤਲਾਸ਼ੀ ਲੈਣ ਦੇ ਲਈ ਕੰਟਰੋਲ ਤੋਂ ਮੈਨੂੰ ਫੋਨ ਆਇਆ, ਜਦ ਮੈਂ ਜਾ ਕੇ ਮੌਕੇ 'ਤੇ ਪਹੁੰਚ ਕੇ ਉਹਦੀ ਬੈਗ ਦੀ ਜਿਹੜਾ ਉਹਦੇ ਕੋਲ ਬੈਗ ਫੜਿਆ ਹੋਇਆ ਸੀ ਉਹਦੀ ਤਲਾਸ਼ੀ ਲਈ ਤਾਂ ਉਸਦੇ ਵਿੱਚੋਂ 1700 ਨਸ਼ੀਲੀ ਗੋਲੀ ਜਿਹੜੀ ਸੀ ਬਰਾਮਦ ਹੋਈ ਅਤੇ 1,05,000 ਰੁਪਇਆ ਡਰੱਗ ਮਨੀ ਬਰਾਮਦ ਹੋਈ, ਜਿਹਨਾਂ ਨੂੰ ਅਸੀਂ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈਗਾ, ਉਹਦੀ ਗ੍ਰਿਫਤਾਰੀ ਪਾ ਲਈ ਗਈ। ਬਠਿੰਡਾ ਦੀ ਰਹਿਣ ਵਾਲੀ ਆ, ਲਾਲ ਸਿੰਘ ਬਸਤੀ ਦੀ ਹੀ ਰਹਿਣ ਵਾਲੀ ਹੈ। ਹਾਂਜੀ, ਇਹਦੇ ਖਿਲਾਫ਼ ਪਹਿਲਾਂ ਵੀ ਇੱਕ 15 ਗ੍ਰਾਮ ਜਿਹੜਾ ਹੈਗਾ ਹੈਰੋਇਨ ਦਾ ਮੁਕੱਦਮਾ ਦਰਜ ਹੋਇਆ ਗਾ। ਇਹ ਨਸ਼ੇ ਵੇਚਣ ਦਾ ਧੰਦਾ ਕਾਫ਼ੀ ਸਮੇਂ ਤੋਂ ਕਰਦੀ ਆਈ ਹੈ। ਇਹਦੇ ਖਿਲਾਫ਼ ਜਿਹੜੇ 2 ਮੁਕੱਦਮੇ ਓਵਰਡੋਜ਼ ਦੇ ਜਿਹੜੇ ਇੱਥੇ ਡੈਥ ਹੋਈਆਂ ਸੀ ਉਹਨਾਂ ਮੁਕੱਦਮਿਆਂ ਦੇ ਵਿੱਚ ਨੋਮੀਨੇਟ ਕੀਤੀ ਗਈ ਸੀ। ਉਹਦੇ ਵਿੱਚੋਂ 1 ਮੁਕੱਦਮੇ ਦੇ ਵਿੱਚ ਇਹਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਸੀ, 1 ਸਾਡੇ ਕਨਾਲ ਦੇ ਥਾਣੇ ਦਾ ਮੁਕੱਦਮਾ ਹੀ ਹੈਗਾ ਜਿਹੜਾ ਪਿਛਲੇ ਮਹੀਨੇ ਹੀ ਦਰਜ ਹੋਇਆ ਗਾ, ਉਹਦੇ 'ਚ ਇਹਦੀ ਗ੍ਰਿਫਤਾਰੀ ਬਾਕੀ ਸੀ, ਉਹਦੇ ਵਿੱਚ ਵੀ ਅਸੀਂ ਗ੍ਰਿਫਤਾਰ ਕਰ ਰਹੇ ਹਾਂ। ਇਹ ਕੋਈ ਵਿੱਕੀ ਨਾਂ ਦਾ ਲੜਕਾ ਹੈਗਾ ਜਿਹੜਾ ਨੂੰ ਸਪਲਾਈ ਕਰਕੇ ਜਾਂਦਾ ਹੈ, ਗੋਲੀਆਂ ਵੀ ਸਪਲਾਈ ਕਰਦਾ ਹੈਗਾ, ਹੈਰੋਇਨ ਵੀ ਇਹਨੂੰ ਸਪਲਾਈ ਉਹੀ ਕਰਕੇ ਦੇ ਕੇ ਜਾਂਦਾ, ਉਹਦੇ ਬਾਰੇ ਅਸੀਂ ਅੱਗੇ ਵੈਰੀਫਾਈ ਕਰ। ਹਾਂਜੀ, ਹਾਂਜੀ, ਇਹ ਹੈਗੀ ਹੈ ਜੀ ਅਲਟਰਾ ਸੇਫ 0.5 mg ਹੈ, ਇੱਕ ਹੈਗੀ ਹੈਗੀ ਅਲਪਰੋਜ਼ੋ 0.5 mg। ਨਹੀਂ, ਇਹ ਥੋੜੇ ਥੋੜੇ ਰਿਟੇਲ ਦੇ ਵਿੱਚ ਵੇਚਦੀ ਹੈ, ਪੁਰਾਣੇ ਕਰ ਰਹੇ, ਇਹਦੀ ਫੈਮਿਲੀ ਬੈਕਗ੍ਰਾਉਂਡ ਵੀ ਹੈਗੀ ਹੈ ਜਿਹੜੀ, ਇਹਦੇ ਪਿੱਛੇ ਦੇ ਬੇਟੇ 'ਤੇ ਮੁਕੱਦਮਾ ਦਰਜ ਹੋਇਆ ਸੀਗਾ, ਫੈਮਿਲੀ ਬੈਕਗ੍ਰਾਉਂਡ ਵੀ ਹੈ ਜੀ, ਨਸ਼ਾ ਵੇਚਣ ਦੇ ਆਦੀ ਹੈ ਸਾਰੇ। ਜਿਹੜੇ ਬੰਦੇ ਨੇ ਇੱਥੋਂ ਲੈ ਕੇ ਆਉਂਦੀ ਹੈ, ਕੋਈ ਪੁੱਛਗਿੱਛ ਤੋਂ ਬਾਅਦ ਉਸ ਨੂੰ ਫੜਿਆ ਜਾਂ ਜਿਹੜੀ ਹਜੇ ਉਹਦੀ ਪਹਿਲੀ
ਪੁੱਛਗਿੱਛ ਕੀਤੀ ਹੈ ਉਹਦੇ ਵਿੱਚ ਸਿਰਫ ਇਹ ਵਿੱਕੀ ਨਾਂ ਦਾ ਬੰਦਾ ਹੀ ਦੱਸ ਰਹੀ ਹੈ ਜਿਹਨੂੰ ਇਹ ਅੰਮ੍ਰਿਤਸਰ ਦੇ ਰਹਿਣ ਵਾਲਾ ਦੱਸ ਰਹੀ ਹੈ। ਅੱਗੇ ਉਹਦੀ ਡਿਗਾਈ ਨਾਲ ਪੜਤਾਲ ਕਰਾਂਗੇ, ਉਹਦੀ ਐਡਰੈਸ ਵਗੈਰਾ ਕਨਫਰਮ ਕਰਾਂਗੇ, ਅੱਗੇ ਜੋ ਆਏਗਾ ਸਫਾ ਮਿਸ਼ਨ ਤੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਜੀ, ਪੜਤਾਲ ਦੌਰਾਨ ਜੋ ਵੀ ਸਾਹਮਣੇ ਆਇਆ ਉਹਨੂੰ ਵੀ ਖਿਲਾਫ਼ ਕਾਰਵਾਈ ਕਰਾਂਗੇ।